ਜੀ ਕੱਲ੍ਹ ਸ਼ਾਮਾਂ ਦਾ ਆਇਆ ਪਾਣੀ, ਇਹ ਰੋਈ ਪਹਿਲਾਂ ਸਰਜੀ ਉੱਥੇ ਵਗਦੀ ਸੀ ਸੈਂਟਰ 'ਚ ਪਰੇ, ਅਤੇ ਇਹਨਾਂ ਜ਼ਮੀਨ ਵਾਲਿਆਂ ਪੁੱਟ ਕੇ ਅਤੇ ਇੱਧਰ ਸਾਡੇ ਪੈਲੀਆਂ ਦੇ ਨਾਲ ਕਰਤੀ ਆ। ਇਹ ਜਦੋਂ ਪਾਣੀ ਜ਼ਿਆਦਾ ਆਉਂਦਾ ਉਛੜ ਕੇ ਪਾਣੀ ਸਾਰੇ ਹੀ ਸਾਰੇ ਪੈਲੀਆਂ 'ਚ ਪੈਂਦਾ। ਸਰ ਤੁਸੀਂ ਦੇਖ ਰਿਹਾ ਜਾ ਸਾਰੇ ਲਾਗੇ ਕਿੰਨਾ ਪਾਣੀ ਹੈ, ਕੋਈ ਜਿਹਦੇ ਪੱਠੇ ਆ ਕਿਸੇ ਦੇ ਪੱਠੇ ਮਰ ਗਏ ਆ, ਕਿਸੇ ਨੇ ਕੋਈ ਝੋਨਾ ਲਾਉਣਾ, ਇੱਕ ਉੱਥੇ ਮੱਕੀ ਆ ਕਿਸੇ ਦੀ ਉਹ ਮਰ ਗਈ ਆ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਜੇ ਉੱਥੇ ਸੈਂਟਰ 'ਚ ਹੁੰਦੀ ਤਾਂ ਪਾਣੀ ਸਿੱਧਾ ਤੁਰਿਆ ਜਾਂਦਾ ਸੀ, ਕੋਈ ਪ੍ਰੋਬਲਮ ਨਹੀਂ ਕਿਸੇ ਨੂੰ। ਇਹ ਇੱਧਰ ਪੁੱਟਣ ਨਾਲ ਪੁੱਟਣ ਕਰਕੇ ਇਹ ਪਾਣੀ ਚੜ੍ਹ ਕੇ ਪੈਂਦਾ ਵਾ, ਉਹ ਸਾਰੇ ਖਿਲਰਦਾ ਪਾਣੀ ਜੀ। ਕਿੱਦਾਂ ਦਾ ਆਇਆ ਪਾਣੀ? ਪਾਣੀ ਕੱਲ੍ਹ ਸ਼ਾਮਾਂ ਦਾ ਆਇਆ ਜੀ। ਕਿੰਨਾ ਕੁ ਨੁਕਸਾਨ ਹੁਣ ਤੱਕ ਹੋ ਗਿਆ ਲੋਕਾਂ ਦਾ? ਨੁਕਸਾਨ ਤਾਂ ਬਹੁਤ ਹੋ ਗਿਆ ਜੀ ਸਰ ਜੀ, ਉਹ ਮਕਈ ਤੁਹਾਨੂੰ ਜਿੱਦਾਂ ਦੱਸਿਆ ਮਕਈ ਮਰ ਗਈ ਕਿੱਲਾ, ਆਹ ਪੱਠੇ ਮਰ ਗਏ ਆ, ਹਾਂਜੀ ਹੋਰ ਇੱਥੇ ਲੱਗ ਗਿਆ, ਇਹਨਾਂ ਬਥੇਰੇ ਪੱਠੇ ਬੀਜੇ ਸੀ, ਕਿਸੇ ਨੇ ਝੋਨਾ ਲਾਉਣ ਵਾਸਤੇ ਪੈਲੀ ਵਾਹੀ ਸੀ। ਕੀ ਮੰਗ ਕੀ ਕਰਦੇ ਜੀ? ਮੰਗ ਸਰ ਜੀ ਇਹੋ ਹੀ ਆ ਵੀ ਜਿੱਥੇ ਇਹਦੀ ਸੈਂਟਰ 'ਚ ਹੈਗੀ ਸੀ ਉੱਥੇ ਹੋਣੀ ਚਾਹੀਦੀ ਆ। ਉਰੇ ਕੀ ਨਾਮ ਭਾਈ ਤੁਹਾਡਾ? ਦਲਬਾਗ ਸਿੰਘ ਰੰਧਾਵਾ ਜੀ। ਕੀ ਮਾਮਲਾ ਜੀ ਸਾਰਾ ਕਿ ਪੱਠੇ ਜਿਹੜੇ ਵਿਖਾਉਂਦਾ ਜੀ? ਇਹ ਮਾਮਲਾ ਜੀ ਇਹ ਆਪਣੀਆਂ ਜ਼ਮੀਨਾਂ ਜੀ ਰੋਈ ਦੇ ਨਾਲ ਆਪਣੀਆਂ ਲੱਗਦੀਆਂ ਜੀ, ਇਹ ਜਿਹੜਾ ਪਾਣੀ ਹੈ ਨਾ ਇਹ ਆ ਰਿਹਾ ਜੀ ਨਿਕਾਸੂ ਦਾ ਪਾਣੀ ਆ ਰਿਹਾ ਪਿੱਛੋਂ, ਅਤੇ ਕੁਛ ਨਹਿਰੀ ਪਾਣੀ ਆ ਜਿਹੜਾ ਵਿੱਚ ਉਹ ਆ ਕੁਛ ਬਾਰਿਸ਼ਾਂ ਪਿੱਛੋਂ ਹੁੰਦੀਆਂ ਜੀ, ਕਿਉਂਕਿ ਇਹ ਨਾ ਜਿਹੜਾ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਜੀ, ਜਿਹੜੀ ਇਹ ਖਲਾਈ ਆ ਇਹਦੀ ਇਹਦੀ ਸੈਂਟਰ 'ਚ ਹੋ ਜਾਵੇ ਨਾ ਕਿਤੇ, ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਵਾ ਇਹ ਨਾ ਹੋਵੇ। ਅਸੀਂ ਸਰਕਾਰ ਕੋਲ ਇਹੋ ਹੀ ਮੰਗ ਕਰਦੇ ਹਾਂ ਜੀ, ਜਿਹੜਾ ਇਹਦੀ ਖਲਾਈ ਕਰਕੇ ਸੈਂਟਰ ਦੇ ਵਿੱਚ ਰੋਈ ਨੂੰ ਪੱਟਿਆ ਜਾਵੇ। ਹਿਸਾਬ ਨਾਲ ਕਿੰਨੇ ਕਿਸਾਨਾਂ ਦਾ ਜਿਹੜਾ ਪੱਠੇ, ਹਿਸਾਬ ਨਾਲ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਜੀ, ਜਿਹੜੇ ਸਾਰੇ ਤੁਸੀਂ ਦੇਖ ਸਕਦੇ ਆ ਵੀ ਪੱਠੇ ਹਿਸਾਬ ਨਾਲ ਦੋ ਦੋ ਮਹੀਨੇ ਹੋ ਗਿਆ ਬੀਜਿਆਂ ਨੂੰ, ਅਤੇ ਹੁਣ ਵੱਢ ਕੇ ਪਾਉਣੇ ਸੀ ਮੱਝਾਂ ਨੂੰ, ਅਤੇ ਹੁਣ ਡੰਗਰ ਵੀ ਭੁੱਖੇ ਮਰਨਗੇ, ਅਤੇ ਬੜਾ ਔਖਾ ਹੋਇਆ ਪਿਆ ਜੀ ਹਾਲਾਤ। ਕਿੰਨੇ ਕਿੱਲੇ ਦਾ ਨੁਕਸਾਨ, ਕਿੰਨੇ ਕਿੱਲਿਆਂ ਦਾ ਹੋ ਗਿਆ ਜੀ? ਇਹ ਜੀ ਹਿਸਾਬ ਨਾਲ ਕਾਫੀ ਕਿੱਲਿਆਂ ਦਾ ਨੁਕਸਾਨ ਆ, 10-12 ਕਿੱਲੇ ਤਾਂ ਮੇਰੇ ਨੇੜੇ ਨੇੜੇ ਹੀ ਹੈ ਜੀ, 12 ਕਿੱਲਿਆਂ ਦੇ ਲਗਭਗ, ਬਾਕੀ ਪਿੱਛੇ ਹੈਗੇ 5-7 ਕਿੱਲੇ, 15-20 ਕਿੱਲੇ ਤਾਂ ਮੇਰੇ ਨੇੜੇ ਨੇੜੇ ਹੋਇਆ ਜੀ। ਹੁਣ ਕੀ ਮੰਗ ਕੀ ਕਰਦੇ ਜਾਂ ਮੁਸ਼ਕਿਲ ਜਿਹੜਾ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਨੇ? ਮੰਗ ਜੀ ਅਸੀਂ ਕਰਦੇ ਜੀ ਸਰਕਾਰ ਨੂੰ ਵੀ ਜਿਹੜਾ ਰੋਈ ਦੇ ਨਾਲ ਲੱਗਦੀਆਂ ਜ਼ਮੀਨਾਂ, ਨੰਬਰੀ ਜ਼ਮੀਨਾਂ ਜੀ, ਉਹਨਾਂ ਵਿੱਚ ਪਾਣੀ ਪੈਂਦਾ ਜੀ, ਹੁਣ ਸਾਨੂੰ ਮੁਆਵਜ਼ਾ ਉਹਨਾਂ ਨੂੰ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਜੀ, ਜਿਹੜੀਆਂ ਨੰਬਰੀ ਪੈਲੀਆਂ ਵਾ, ਅਤੇ ਬਾਕੀ ਜਿਹੜੀ ਰੋਈ ਆ ਉਹ ਸਾਡੀ ਸੈਂਟਰ 'ਚ ਪੁੱਟੀ ਜਾਵੇ, ਜਿਹੜੀਆਂ ਸਾਡੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ ਜੀ।